मां मां ਨੂੰ ਅੱਜ ਸਾਡੀ ਲੋੜ ਹੈ मां ਬੋਲੀ ਪੰਜਾਬੀ ਬੜੀ ਖਤਰੇ 'ਚ ਹੈ ਮੇਰੀਆਂ ਗਰਨਾ ਜਿਹਨੂੰ ਗੁੱਸੇ ਲੱਗਦੀਆਂ ਲੱਗਣ ਮੈਂ ਮੁਸਲਮਾਨ ਆ ਮੈਂ ਬਿਲਕੁਲ ਸਹੀ ਗੱਲ ਕਰਾਂਗਾ ਵੀਡੀਓ ਸੁਣਨੀ ਸੁਣੋ ਨਹੀਂ ਸੁਣਨੀ ਤਨਾ ਸੁਣੋ ਆਪਣੀ ਮਾਂ ਨੂੰ ਮਾਰ ਕੇ ਮਤਰਈ ਮਾਂ ਲਿਆਉਂਦੇ ਐ ਕਿ ਇਹ ਸਾਡਾ ਪਲਾ ਕਰੇਗੀ ਹੈ ਅੱਜ ਦੇਖੋ ਜਿੱਥੇ ਇਥੇ ਮਤਰਈਆਂ ਮਾਵਾਂ ਆਉਂਦੀਆਂ ਉਹਨਾਂ ਦੇ ਘਰਾਂ ਦਾ ਕੀ ਹਾਲ ਹੈ ਉਹੀ ਹਾਲ ਆਪਣਾ ਸਾਡਾ ਜਾਣੋ ਮੁਸਲਮਾਨ ਦੀ ਭਵਿੱਖ ਬਾਣੀ ਹੈ ਹਾਂਜੀ ਖੈਰ ਪਹਿਲੇ ਆਪਾਂ ਵੀਡੀਓ ਦੇਖਦੇ ਆਂ ਪੂਰੀ ਵੀਡੀਓ ਦੇਖੋ ਮੇਰੇ ਵਾਸਤੇ ਨਹੀਂ ਆਪਣੇ ਵਾਸਤੇ ਦੇਖਣੀ ਹੈ ਹਾਂਜੀ ਕਿਉਂਕਿ ਆਪਣੀ ਮਾਂ ਨੂੰ ਬਚਾਉਣ ਵਾਸਤੇ ਦੇਖਣੀ ਹੈ ਪਹਿਲੇ ਵੀਡੀਓ ਦੇਖਦੇ ਆਂ ਫਿਰ ਆਪਾਂ ਅਗਲ ਬਾਤ ਕਰਦੇ ਆਂ ਪਾਸ਼ਾ ਇੱਕ ਇਹੋ ਜਿਹਾ ਕਨਸੈਪਟ ਹੈ ਇੱਕ ਇਹੋ ਜਿਹਾ ਮੁੱਦਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਸੈਂਸਿਟਿਵ ਵੀ ਹੈ ਤੇ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਕਹਿੰਦੇ ਨੇ ਕਿਸੇ ਵੀ ਕੌਮ ਨੂੰ ਜੇਕਰ ਖਤਮ ਕਰਨਾ ਹੋਏ ਕਿਸੇ ਖਿੱਤੇ ਨੂੰ ਜੇ ਖਤਮ ਕਰਨਾ ਹੋਏ ਤਾਂ ਉਹਨੂੰ ਉਹਦੀ ਮਾਤ ਭਾਸ਼ਾ ਨਾਲੋਂ ਤੋੜ ਦਿਓ ਆਪਣੀ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਆਪਣੀ ਬੋਲੀ ਦਾ ਸਤਿਕਾਰ ਕਰਨ ਵਾਲੇ ਲੋਕ ਸਿਰਫ ਉਹੀ ਕੌਮਾਂ ਜੱਗ ਤੇ ਜਿਉਂਦੀਆਂ ਰਹਿੰਦੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰਦਾਰ ਪ੍ਰੋ ਦੇ ਵਿੱਚ ਅੱਜ ਆਪਾਂ ਪੰਜਾਬ ਦੇ ਵਿੱਚ ਚੱਲ ਰਹੇ ਇੱਕ ਚਲੰਤ ਮੁੱਦੇ ਦੇ ਉੱਤੇ ਖਦੇ ਮਸਲੇ ਦੇ ਉੱਤੇ ਬੋਲਣ ਜਾ ਰਹੇ ਹਾਂ ਜੋ ਕਿ ਬਹੁਤ ਜ਼ਰੂਰੀ ਵੀ ਹੈ ਸੈਂਕੜੇ ਕਲਾਕਾਰ ਨੇ ਸਾਡੇ ਪੰਜਾਬ 'ਚ ਪਰ ਉਹਨਾਂ 'ਚੋਂ ਕੋਈ ਟਾਵਾ ਟੱਲਾਈ ਹੈ ਜਿਹੜਾ ਮਾਂ ਬੋਲੀ ਦੀ ਹੋਂਦ ਨੂੰ ਬਚਾਉਣ ਲਈ ਆਦਾ ਨਾਰਾ ਮਾਰਦਾ ਹੋਵੇ ਜਿਹੜੇ ਮਾਂ ਬੋਲੀ ਦੇ ਸਿਰ ਤੇ ਖਾਤੇ ਰਹੇ ਨੇ ਹੁਣ ਜਿਹੜਾ ਇਹ ਲਖੇ ਸਿਧਾਣੇ ਵਾਲਾ ਕੇਸ ਹੋਇਆ ਰਾਮਪੁਰਾ ਫੂਲ ਦੇ ਵਿੱਚ ਜਿਹੜੇ ਉਹ ਸਕੂਲ ਦੇ ਵਿੱਚ ਜਿੱਥੇ ਪੰਜਾਬੀ ਨੂੰ ਬੈਨ ਕੀਤਾ ਗਿਆ ਤੇ ਮੁੜ ਕੇ ਉਹ ਗੱਲ ਸਾਰੀ ਜਗ ਜाहिर ਹੋਈ ਉਸ ਤੋਂ ਬਾਅਦ ਲਖੇ ਹੋਰਾਂ ਦੀ ਗ੍ਰਿਫਤਾਰੀ ਵੀ ਹੋਈ ਦੇਖੋ ਲਖੇ ਦੀਆਂ ਬਾਕੀ ਗੱਲਾਂ ਨਾਲ ਅਸੀਂ ਕਿਤੇ ਨਾ ਕਿਤੇ ਸਹਿਮਤ ਹੋਈਏ ਜਾਂ ਅਸਹਿਮਤ ਹੋਈਏ ਉਹ ਅਲੱਗ ਗੱਲ ਹੈ ਪਰ ਇੱਥੇ ਲਖਾ ਜਿਹੜਾ ਉਹ ਕਿਤੇ ਨਾ ਕਿਤੇ ਸਹੀ ਹੈ ਕਿਉਂਕਿ ਉਹਨੇ ਪੰਜਾਬੀ ਬੋਲੀ ਲਈ ਹਾ ਦਾ ਨਾਰਾ ਮਾਰਿਆ ਹੁਣ ਇਹ ਤੇ ਸਿਰਫ ਇੱਕ ਸਕੂਲ ਹੈ ਇਦਾਂ ਦੇ ਬਹੁਤ ਸਾਰੇ ਸਕੂਲ ਨੇ ਪੰਜਾਬ ਦੇ ਵਿੱਚ ਗਵਰਨਮੈਂਟ ਸਕੂਲਾਂ ਦੇ ਵਿੱਚ ਤਕਰੀਬਨ ਪੰਜਾਬੀ ਬੈਨ ਹੈ ਉਥੇ ਪੰਜਾਬੀ ਬੋਲਣ ਵਾਲੇ ਨੂੰ ਐ ਮਹਿਸੂਸ ਕਰਾਇਆ ਜਾਂਦਾ ਜਿਵੇਂ ਉਹਨੇ ਕੋਈ ਜੁਰਮ ਕਰ ਦਿੱਤਾ ਹੋਵੇ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਹੇਰਦਾ ਪੰਜਾਬੀ ਬੋਲੀ ਨੂੰ ਲੈ ਕੇ ਉਹਨਾਂ ਨੇ ਪਿੱਛੇ ਜੇ ਇਹ ਐਲਾਨ ਕੀਤਾ ਹੈ ਕਿ ਦੁਕਾਨਾਂ ਦੇ ਉੱਤੇ ਦਫ਼ਤਰਾਂ ਦੇ ਉੱਤੇ ਸਾਰੇ ਬੋਰਡ ਪਿਓਰ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਆ ਪਰ ਪੰਜਾਬੀ ਬੋਲੀ ਨੂੰ ਲਾਗੂ ਕਰਾਉਣ ਲਈ ਇਹ ਕਾਫੀ ਨਹੀਂ ਹੈ ਇਹ ਲੜਾਈ ਲੱਖੇ ਸਿਧਾਣੇ ਦੀ ਥੋੜੀ ਜਾਂ ਮੇਰੇ ਲੜਨ ਦੀ ਨਹੀਂ ਇਹ ਲੜਾਈ ਸਰਕਾਰ ਦੇ ਲੜਨ ਦੀ ਹੈ ਸਰਕਾਰ ਇਦਾਂ ਦੀ ਨੀਤੀ ਤਿਆਰ ਕਰੇ ਕਿ ਜਿਹੜਾ ਸਕੂਲ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਬੋਲੀ ਨੂੰ ਤਰਜੀਹ ਨਹੀਂ ਦੇਵੇਗਾ ਅਜਿਹੇ ਸਕੂਲ ਪੰਜਾਬ ਦੀ ਧਰਤੀ ਤੇ ਖੁੱਲਣ ਨਹੀਂ ਦਿੱਤਾ ਜਾਏਗਾ ਸਾਡੀ ਸਰਕਾਰ ਇਦਾਂ ਦੀ ਇੱਕ ਨੀਤੀ ਤਿਆਰ ਕਰੇ ਕਿ ਸਕੂਲ ਭਾਵੇਂ ਜਿਹੜੇ ਤੇ ਮਰਜੀ ਮਤ ਦਾ ਹੋਵੇ ਚਾਹੇ ਉਹ ਈਸਾਈ ਮਤ ਵਾਲਿਆਂ ਦਾ ਹੋਵੇ ਚਾਹੇ ਉਹ ਹਿੰਦੂ ਮਤ ਵਾਲਿਆਂ ਦਾ ਹੋਵੇ ਚਾਹੇ ਮੁਸਲਿਮ ਮਤ ਦਾ ਹੋਵੇ ਚਾਹੇ ਜੈਨੀਆਂ ਬੁੱਧੀਆਂ ਦਾ ਜਿਹੜੇ ਮਰਜ਼ੀਆਂ ਦਾ ਹੋਵੇ ਵੈਲਕਮ ਹੈ ਸਾਰਿਆਂ ਨੂੰ ਸਾਰਿਆਂ ਨੂੰ ਜੀ ਆਇਆਂ ਪਰ ਸ਼ਰਤ ਇਹ ਹੈ ਵੀ ਪੰਜਾਬ ਦੀ ਧਰਤੀ ਤੇ ਜੇ ਕੋਈ ਸਕੂਲ ਖੁੱਲੇਗਾ ਤਾਂ ਉਥੇ ਤਰਜੀਹ ਪੰਜਾਬੀ ਨੂੰ ਦਿੱਤੀ ਜਾਏਗੀ ਠੀਕ ਹੈ ਬਾਕੀ ਦੀਆਂ ਭਾਸ਼ਾਵਾਂ ਵੀ ਪੜਾਓ ਗਿਆਨ ਲਓ ਸਾਰੀਆਂ ਭਾਸ਼ਾਵਾਂ ਦਾ ਪਰ ਪਹਿਲ ਜਿਹੜੀ ਹੈ ਉਹ ਮਾਂ ਬੋਲੀ ਪੰਜਾਬੀ ਨੂੰ ਹੋਣੀ ਚਾਹੀਦੀ ਹੈ ਇਹ ਗੱਲ ਸਾਨੂੰ ਸਾਊਥ ਇੰਡੀਅਨ ਲੋਕਾਂ ਤੋਂ ਖਣ ਦੀ ਲੋੜ ਹੈ ਤੁਸੀਂ ਕਦੇ ਤਾਮਿਲਵਲ ਜਾਓ ਨਾ ਉਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਲੋਕ ਆਪਣੀ ਮਾਂ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਸਾਡੇ ਇਹ ਆਮ ਗੱਲ ਕਹਿ ਦਿੰਦੇ ਆ ਕਿ ਜੇ ਪੰਜਾਬੀ ਹੋਈ ਸਿੱਖਣੀ ਹੈ ਜੇ ਪੰਜਾਬੀ ਹੋਈ ਬੋਲਣੀ ਹੈ ਫਿਰ ਬੱਚੇ ਨੂੰ ਸਰਕਾਰੀ ਸਕੂਲ ਚ ਹੀ ਪੜਾ ਲਓ ਅਸਲ ਚ ਸਾਨੂੰ ਮਾਪਿਆਂ ਨੂੰ ਇਦਾਂ ਲੱਗਦਾ ਹੈ ਕਿ ਪੰਜਾਬੀ ਕੋਈ ਗਵਾਰਾਂ ਦੀ ਭਾਸ਼ਾ ਹੈ ਵੀ ਜੇ ਸਾਡਾ ਬੱਚਾ ਹਿੰਦੀ ਬੋਲੇਗਾ ਜਾਂ ਅੰਗਰੇਜ਼ੀ ਬੋਲੇਗਾ ਉਹ ਤਾਂ ਹੀ ਵਧੀਆ ਪੜਾਈ ਕਰੇਗਾ ਤੁਸੀਂ ਕਦੇ ਪੀਜੀਆਈ ਜਾ ਕੇ ਆਇਓ ਉਥੇ ਜਿਹੜੇ ਡਾਕਟਰ ਨੇ ਉਹ ਸਾਰੇ ਸਾਊਥ ਇੰਡੀਅਨ ਨੇ ਤਕਰੀਬਨ ਉਹ ਲੋਕ ਆਪਣੀ ਮਾਂ ਬੋਲੀ ਨੂੰ ਹੱਦੋਂ ਵੱਧ ਪਿਆਰ ਕਰਦੇ ਐ ਤੇ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਤਰਜੀਹ ਦੇ ਕੇ ਹੀ ਇੰਨਾ ਗਿਆਨ ਪ੍ਰਾਪਤ ਕੀਤਾ ਇੰਨੇ ਇੰਟੈਲੀਜੈਂਟ ਬਣੇ ਇਹ ਚੰਡੀਗੜ੍ਹ ਪੀਜੀਆਈ ਦੇ ਵਿੱਚ ਆ ਕੇ ਡਾਕਟਰ ਲੱਗ ਗਏ ਜੇ ਉਹ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਿਆਂ ਹੋયા ਏਡੇ ਏਡੇ ਅਹੁਦਿਆਂ ਤੇ ਪਹੁੰਚ ਸਕਦੇ ਐ ਫਿਰ ਅਸੀਂ ਆਪਣੀ ਮਾਂ ਬੋਲੀ ਨੂੰ ਤਰਜੀਹ ਦੇ ਕੇ ਕਿਉਂ ਨਹੀਂ ਵੱਡੇ ਅਹੁਦਿਆਂ ਤੇ ਪਹੁੰਚ ਸਕਦੇ ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਅੰਗਰੇਜ਼ੀ ਤੇ ਹਿੰਦੀ ਸਿਰਫ ਭਾਸ਼ਾਵਾਂ ਨੇ ਇਹ ਥੋੜੇ ਅੰਦਰ ਗੁਣ ਨਹੀਂ ਪੈਦਾ ਕਰ ਸਕਦੇ ਮਾਤਾ ਇਸ ਭਲੇਖੇ 'ਚ ਨਾ ਰਿਓ ਕਿ ਤੁਹਾਡਾ ਬੱਚਾ ਜੇ ਅੰਗਰੇਜ਼ੀ ਬੋਲਣ ਲੱਗ ਜਾਏਗਾ ਜਾਂ ਹਿੰਦੀ ਬੋਲਣ ਲੱਗ ਜਾਏਗਾ ਕਿ ਉਹ ਇੱਕ ਚੰਗਾ ਇਨਸਾਨ ਵੀ ਬਣ ਜਾਏਗਾ ਤੁਸੀਂ ਇਟਲੀ ਤੇ ਜਰਮਨ ਵਰਗੇ ਦੇਸ਼ਾਂ ਵਿੱਚ ਜਾ ਕੇ ਦੇਖੋ ਲੋਕ ਆਪਣੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਨੂੰ ਕਿੰਨਾ ਪਿਆਰ ਕਰਦੇ ਐ ਸਿਰਫ ਅਸੀਂ ਪੰਜਾਬੀ ਆ ਜਿਨ੍ਹਾਂ ਨੇ ਆਪਣੀ ਮਾਤ ਬੋਲੀ ਨੂੰ ਪੰਜਾਬੀ ਨੂੰ ਰੋਲ ਰੱਖਿਆ ਸਭ ਤੋਂ ਪਹਿਲਾਂ ਸਾਨੂੰ ਆਪਣੇ ਲੋਕਾਂ ਦੇ ਮਨਾਂ ਵਿੱਚੋਂ ਇਹ ਭਲੇਖਾ ਕੱਢਣਾ ਪਏਗਾ ਕਿ ਤੁਸੀਂ ਕਿਸੇ ਬੇਗਾਨੀ ਭਾਸ਼ਾ ਨੂੰ ਸਿੱਖ ਕੇ ਖਾਸ ਨਹੀਂ ਬਣ ਸਕਦੇ ਤੇ ਆਪਣਾ ਮਾਂ ਬੋਲੀ ਨੂੰ ਸਿੱਖ ਕੇ ਤੁਸੀਂ ਗਵਾਰ ਨਹੀਂ ਬਣਦੇ ਹਾਂ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਕੋ ਮਾਂ ਨੇ ਆਪਣੀ ਬੋਲੀ ਗਵਾ ਦਿੱਤੀ ਆਪਣੀ ਪਹਿਚਾਣ ਗਵਾ ਦਿੱਤੀ ਉਹ ਦੁਨੀਆ ਦੇ ਨਕਸ਼ੇ ਦੇ ਵਿੱਚੋਂ ਖਤਮ ਹੋ ਗਈਆਂ ਸੋ ਇਸ ਵੀਡੀਓ ਦੇ ਜ਼ਰੀਏ ਸਾਡੀ ਸਰਕਾਰ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਸਖਤੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਾਇਆ ਜਾਏ ਪਰ ਹੈਰਾਨੀ ਹੁੰਦੀ ਹੈ ਜਦੋਂ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਵੀ ਪੰਜਾਬੀ ਦਾ ਕਾਇਦਾ ਨਹੀਂ ਪੜ੍ਹਨਾ ਆਉਂਦਾ ਤੇ ਅੱਜ ਕੱਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵੱਦੀ ਜਾ ਰਹੀ ਹੈ ਇਸ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਸਾਡੀ ਸਰਕਾਰ ਨੇ ਫਰੀ ਦੀਆਂ ਸਹੂਲਤਾਂ ਬਹੁਤ ਦੇ ਰੱਖੀਆਂ ਨੇ ਕੋਈ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਥੋੜਾ ਸਮਾਂ ਰਹਿ ਕੇ ਆਧਾਰ ਕਾਰਡ ਬਣਵਾ ਲੈਂਦਾ ਉਸ ਦੀ ਬਿਜਲੀ ਵੀ ਫਰੀ ਹੋ ਜਾਂਦੀ ਹੈ ਉਹਦਾ ਪਾਣੀ ਵੀ ਫਰੀ ਹੋ ਜਾਂਦਾ ਹੈ ਬੱਸਾਂ ਦੇ ਵਿੱਚ ਉਹਦਾ ਕਿਰਾਇਆ ਵੀ ਫਰੀ ਹੋ ਜਾਂਦਾ ਹੈ ਉਹਨੂੰ ਰਾਸ਼ਨ ਵੀ ਫਰੀ ਚ ਮਿਲਣ ਲੱਗ ਜਾਂਦਾ ਹੈ ਇੰਨੀਆਂ ਸਹੂਲਤਾਂ ਫਰੀ ਚ ਦੇ ਕੇ ਤੁਸੀਂ ਕਾਪੀ ਪੈਨ ਹੱਥ ਦੇ ਵਿੱਚ ਚੱਕ ਕੇ ਹਿਸਾਬ ਲਾ ਕੇ ਦੇਖਿਓ ਕਿ ਇਸ ਚੀਜ਼ ਦਾ ਸਾਡੇ ਪੰਜਾਬ ਦੇ ਖਜ਼ਾਨੇ ਤੇ ਕਿੱਡਾ ਵੱਡਾ ਰਪੈਂਦਾ ਸਾਰਾ ਕੁਝ ਮੁਕਤ ਦੇ ਵਿੱਚ ਦੇ ਕੇ ਪੰਜਾਬੀਆਂ ਨੂੰ ਹੱਡ ਹਰਾਮ ਬਣਾਇਆ ਜਾ ਰਿਹਾ ਹੈ ਅਸੀਂ ਹਰ ਸਹੂਲਤ ਦੇ ਲਈ ਸਰਕਾਰ ਦੇ ਹੱਥਾਂ ਵੱਲ ਵੇਖਦੇ ਆਂ ਅਸੀਂ ਹਰ ਵੇਲੇ ਦੇਖਦੇ ਰਹਿੰਦੇ ਆਂ ਭਖਾਰੀਆਂ ਮੰਗੋ ਕਿ ਹੁਣ ਸਰਕਾਰ ਕੀ ਐਲਾਨ ਕਰੇਗੀ ਸਾਨੂੰ ਕੀ ਫਰੀਚ ਮਿਲੇਗਾ ਪੰਜਾਬੀ ਲੋਕ ਮਿਹਨਤ ਕਸ਼ ਲੋਕ ਨੇ ਸਾਡਿਆਂ ਬਜ਼ੁਰਗਾਂ ਨੇ ਬੰਜਰ ਜ਼ਮੀਨਾਂ ਨੂੰ ਬਾਹ ਬਾ ਕੇ ਉਪਜਾਊ ਬਣਾਇਆ ਅਸੀਂ ਵੱਡਿਆਂ ਵੱਡਿਆਂ ਟੀਲਿਆਂ ਨੂੰ ਢਾ ਢਾ ਕੇ ਪੱਧਰ ਕੀਤਾ ਤੇ ਅੱਜ ਸਾਨੂੰ ਸਾਰਾ ਕੁਝ ਮੁਫਤ ਦਾ ਲਾਲਚ ਦੇ ਕੇ ਭਖਾਰੀ ਬਣਾਇਆ ਜਾ ਰਿਹਾ ਹੈ જરા سوچ કે દેખો ਵੀ ਇਹ ਗੱਲ ਕਿੱਧਰ ਨੂੰ ਗਈ ਇਹ ਗੱਲ ਸਾਨੂੰ ਪੰਜਾਬੀਆਂ ਨੂੰ ਵੀ ਸੋਚਣੀ ਪਵੇਗੀ ਕਿ ਅਸੀਂ ਕਿਸੇ ਵੀ ਸਰਕਾਰ ਤੋਂ ਮੁਫਤ ਦੇ ਵਿੱਚ ਕਿਸੇ ਵੀ ਸਹੂਲਤ ਦੀ ਆਸ ਨਾ ਕਰੀਏ ਬਾਜ਼ੀਬ ਮੁੱਲ ਦੇ ਉੱਤੇ ਸਾਰਾ ਕੁਝ ਮਿਲਣਾ ਚਾਹੀਦਾ ਹੈ ਸਾਰਾ ਕੁਝ ਸਸਤਾ ਮਿਲੇ ਸੋ ਇਹ ਸਾਰਾ ਕੁਝ ਸਾਨੂੰ ਸੋਚਣਾ ਪਵੇਗਾ ਪੰਜਾਬ ਦੇ ਵਿੱਚ ਭਾਵੇਂ 10 ਭਾਸ਼ਾਵਾਂ ਪੜਾ ਦਿਓ ਪੰਜਾਬੀਆਂ ਨੂੰ ਪਰ ਤਰਜੀਹ ਪੰਜਾਬੀ ਨੂੰ ਦਿਓ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਸਿਖਰ ਤੇ ਰੱਖਣਾ ਪਵੇਗਾ ਇਦਾਂ ਦੀ ਨੀਤੀ ਸਾਡੀ ਸਰਕਾਰ ਤੈਅ ਕਰੇ ਪੰਜਾਬ ਦੇ ਵਿੱਚ ਹਰ ਚੀਜ਼ ਬਾਜ਼ੂਮੁੱਲ ਤੇ ਘੱਟੋ ਘੱਟ ਮੁੱਲ ਤੇ ਮਿਲੇ ਪਰ ਮੁਖਤ ਦੇ ਵਿੱਚ ਕੁਝ ਨਾ ਮਿਲੇ ਇਦਾਂ ਦੀਆਂ ਨੀਤੀਆਂ ਸਾਡੀ ਸਰਕਾਰ ਤੈਅ ਕਰੇ ਸਿਰਫ ਤਾਂ ਜਾ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ ਨਹੀਂ ਤੇ ਜਿਹੜੇ ਰਾਹ ਤੇ ਅਸੀਂ ਤੁਰ ਪਏ ਆ ਇਹ ਸਾਨੂੰ ਕੰਗਾਲੀ ਵੱਲ ਲੈ ਕੇ ਜਾ ਰਿਹਾ ਹੈ ਤੁਹਾਡੇ ਇਹਨਾਂ ਗੱਲਾਂ ਤੇ ਕੀ ਵਿਚਾਰ ਨੇ ਕਮੈਂਟ ਦੇ ਰੂਪ ਦੇ ਵਿੱਚ ਜਰੂਰ ਦੱਸਿਓ ਮਾਂ ਬੋਲੀ ਪੰਜਾਬੀ ਹੈ ਮਾਂ ਜਿਹੜੀ ਮਾਂ ਸਾਡੀ ਹੈ ਬੜੀ ਖਤਰੇ ਦੇ ਵਿੱਚ ਹੈ ਐਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾਹ ਬਈ ਵਾਹ ਮਾਂ ਖਤਰੇ 'ਚ ਨਹੀਂ ਹੈ ਮੁਸਲਮਾਨ ਐ ਗੱਲ ਸਿੱਧੀ ਸਾਫ਼ ਕਰਾਂਗਾ ਜਾਂ ਐਦਾਂ ਦੀਆਂ ਵੀਡੀਓ ਭੇਜਿਆ ਨਾ ਕਰੋ ਜੇ ਭੇਜੀਆਂ ਤਾਂ ਫਿਰ ਗੱਲ ਸਿੱਧੀ ਤੇ ਸਾਫ਼ ਸੁਣੋ ਗੁੱਸਾ ਲੱਗਦਾ ਲੱਗੇ ਨਹੀਂ ਸੁਣਨੀ ਤੇ ਨਾਂ ਸੁਣੋ ਗੱਲ ਮੁਸਲਮਾਨ ਸਿੱਧੀ ਤੇ ਸਾਫ਼ ਕਰੇਗਾ ਵਾਹ ਆਪਣੀ ਮਾਂ ਨੂੰ ਮਾਰ ਕੇ ਮਤਰੇ ਹੀ ਮਾਂ ਲਿਆਉਂਦੇ ਐ ਕਿ ਇਹ ਸਾਡਾ ਪਲਾ ਕਰੇਗੀ ਮਾਮਾ ਸਾਜੀ ਹੁੰਦੀਆਂ ਨਾ ਇੰਗਲਿਸ਼ ਵੀ ਮਾਮ ਐ ਹਿੰਦੀ ਵੀ ਮਾਮ ਐ ਪੰਜਾਬੀ ਵੀ ਮਾਮ ਐ ਮਾਂ ਵਾਂ ਸਾਂਝੀਆਂ ਵੇ ਪਰ ਜੋ ਦਰਦ ਤਕਲੀਫ ਆਪਣੀ ਮਾਂ ਨੂੰ ਸਾਡੀ ਹੋਣੀ ਨਾ ਉਹ ਕਿਸੇ ਦੂਸਰੀ ਨੂੰ ਨਹੀਂ ਹੋਣੀ ਹਾਂਜੀ ਇਸ ਮੇਰੀ ਮੈਂ ਦੇਖੋ ਮੈਂ ਮੁਸਲਮਾਨ ਹਾਂ ਮੈਂ ਇੱਕ ਵੱਖਰੇ ਢੰਗ ਦੇ ਵਿੱਚ ਗੱਲ ਕਰਾਂਗਾ ਕਿ ਪੰਜਾਬੀ ਨੂੰ ਬਚਾਉਣ ਤੁਰੇ ਪੰਜਾਬੀ ਨੂੰ ਬਚਾਉਣ ਦੀ ਲੋੜ ਨਹੀਂ ਹੈ ਲੋੜ ਹੈ ਸਾਨੂੰ ਆਪਣੇ ਆਪ ਨੂੰ ਬਚਾਉਣ ਦੀ ਹਾਂਜੀ ਪੰਜਾਬੀ ਜ਼ਿੰਦਾ ਵੈ ਪੰਜਾਬੀ ਜ਼ਿੰਦਾ ਰਹੇਗੀ ਉਹ ਨਾ ਮਰਦੀ ਐ ਨਾ ਉਹ ਮਰ ਸਕਦੀ ਐ ਆ ਮਰਾਂਗੇ ਅਸੀਂ ਮਰਾਂਗੇ ਆ ਸੋ ਅਸੀਂ ਇਹ ਫੈਸਲਾ ਕਰਨਾ ਹੈ ਕਿ ਅਸੀਂ ਦੇਖੋ ਮੇਰੀ ਗੱਲ ਸੁਣੋ ਰੱਬ ਰੱਬ ਐ ਉਹ ਦੇਖੇ ਕੋਈ ਬੰਦਾ ਸਜਦਾ ਕਰੇ ਜਾਂ ਨਾ ਕਰੇ ਉਹ ਫੇਰ ਵੀ ਰੱਬ ਐ ਪੰਜਾਬੀ ਪੰਜਾਬੀ ਐ ਇਹ ਜ਼ਬਾਨ ਤੁਸੀਂ ਬੋਲੋ ਜਾਂ ਨਾ ਬੋਲੋ ਇਹਦੇ ਤੋਂ ਉਲਟਾ ਇਹਨੂੰ ਗਲਤ ਕਹੋ ਕਹਿਣਾ ਤੇ ਕਹੋ ਇਹਦੀ ਬੇਦਬੀ ਕਰਨੀ ਹੈ ਤੇ ਕਰੋ ਉਹ ਪੰਜਾਬੀ ਹੈ ਤੇ ਪੰਜਾਬੀ ਇਹਦਾ ਪੰਜਾਬੀ ਰਹੇਗੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਲ ਦੇ ਵਿੱਚ ਰਵੇ ਰਹਿੰਦੀ ਦੁਨੀਆ ਤੱਕ ਰਵੇ ਅਕੋ ਅਸੀਂ ਤਿਆਰ ਕਰਨਾ ਵੈ ਕਿ ਅਸੀਂ ਜਿਹੜਾ ਹੁੰਦਾ ਨਾ ਥੱਲੇ ਜ਼ਮੀਨ ਦੇ ਉੱਤੇ ਪਏ ਆ ਹੈ ਤਾਂ ਉੱਠਣਾ ਚਾਹੁੰਨੇ ਨਾ ਆਪਣੇ ਆਪ ਨੂੰ ਅਸੀਂ ਬੜੇ ਤਰੱਕੀ ਕਰਨਾ ਚਾਹੁੰਨੇ ਆ ਬੜੇ ਕਾਮਯਾਬ ਹੋਣਾ ਚਾਹੁੰਨੇ ਅਸੀਂ ਖੁਦ ਤਿਆਰ ਕਰਨਾ ਵੈ ਕਿ ਮਾਂ ਤੇ ਬੜੀ ਉੱਚੀ ਹੈ ਅਸੀਂ ਮਾਂ ਕੋਲੋਂ ਸਿੱਖ ਕੇ ਉੱਤੇ ਜਾਣਾ ਵੈ ਏਗੋ ਮਤਲਬ ਕੀ ਆਂਦਾ ਏ ਕਿ ਮਾਂ ਨੂੰ ਲੋੜ ਸਾ ਮਾਂ ਨੂੰ ਸਾਡੀ ਲੋੜ ਨਹੀਂ ਐ ਹਾਂਜੀ ਸਾਨੂੰ ਮਾਂ ਦੀ ਲੋੜ ਐ ਕਿ ਐਸਾ ਜ਼ਮਾਨਾ ਆ ਗਿਆ ਹੈ ਮਾਂ ਵਾਂ ਨੂੰ ਪੁੱਤਾਂ ਦੀ ਲੋੜ ਪੈ ਗਈ ਬਾਪ ਬਈ ਬਾ ਪੂਰੇ ਘਰ ਦਾ ਖਰਚਾ ਹਰ ਪਾਸੇ ਪੰਜ ਬੱਚਿਆਂ ਨੂੰ ਪਾਲੇ ਮਾਂ ਹੇ ਯਾਰ ਗਾਲ ਸਿੱਧੀ ਸਾਫ਼ ਕਰਾਂ ਜਿਹੜੇ ਅੱਜ ਮਾਂ ਬੋਲੀ ਪੰਜਾਬੀ ਨੂੰ ਬੁਰਾ ਸਮਝਦੇ ਆਣਾ ਉਹ ਆਪਣੇ ਘਰਾਂ ਦੇ ਹਾਲਾਤ ਦੇਖੋ ਕਹਿੰਦੇ ਆ ਕਿ ਸਾਡੇ ਬੱਚੇ ਸਾਡੀਆਂ ਗੱਲਾਂ ਤੇ ਅਸਰ ਨਹੀਂ ਕਰਦੇ ਗੱਲਾਂ ਸੁਣੋ ਜਾ ਕੇ ਲੋ ਜੀ ਘਰਾਂ ਦੇ ਹਾਲਾਤ ਦੇਖੋ ਮੈਂ ਮੁਸਲਮਾਨਾਂ ਨਾਲ ਗੱਲ ਸਿੱਧੀ ਸਾਫ਼ ਕਰਨੀ ਆ ਉਹਨਾਂ ਦੇ ਘਰਾਂ ਦੇ ਹਾਲਾਤ ਦੇਖੋ ਜਿਹੜਾ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਨਾ ਕਰਨਦੇ ਹੋ ਨਾ ਉਹੀ ਬੱਚੇ ਸਾਡੇ ਨਾ ਕਰਨਦੇ ਆ ਮਾ ਪਿਓ ਨਾਲ ਕਰਦੇ ਹੋਏ ਉਹੀ ਚੀਜ਼ਾਂ ਬਤਮੀਜ਼ੀ ਚਲੋ ਹੁਣ ਮੈਂ ਇੱਕ ਮੈਂ ਗੱਲ ਕਰਦਾ ਮੈਂ ਸੌਰੀ ਸੌਰੀ ਵੀ ਗੱਲ ਕੀਤੀ ਹੈ ਹੁਣ ਮੈਂ ਗੱਲ ਕਰਦਾ ਮੈਂ ਹੱਥ ਜੋੜ ਕੇ ਯਾਰ ਮਾਫੀ ਮੰਗਣਾ ਮੈਂ ਤੇ ਤੁਹਾਡੀ ਬੜੀ ਮਿਹਰਬਾਨੀ ਮੈਨੂੰ ਮਾਫ ਕਰ ਦਿਓ ਆਏ ਹਾਏ ਦੱਸੋ ਮੈਨੂੰ ਅਸਰ ਕਿਹਦਾ ਹੋਇਆ ਕਿਹੜੀ ਮਾਂ ਦਾ ਹੋਇਆ ਆਪਣੀ ਮਾਂ ਦਾ ਹੋਇਆ ਹਾਏ 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 ਠੀਕ ਹੈ ਛੱਡ ਦਿਓ ਮਰਨਾ ਮਰੋ ਹਾਂਜੀ ਉਹ ਪੰਜਾਬ ਜਿੱਦੋਂ ਪੰਜਾਬੀ ਨਾਲ ਰਹੇ ਤੇ ਪੰਜਾਬ ਨੂੰ ਪੰਜਾਬ ਕਿੰਨੇ ਕਹਿਣਾ ਵੈ ਇਸ ਗੱਲ ਦਾ ਮੁਸਲਮਾਨ ਨੂੰ ਜਵਾਬ ਦੋ ਵੋ ਚਾਹੇ ਪਾਕਿਸਤਾਨ ਦਾ ਪੰਜਾਬ ਹੈ ਚਾਹੇ ਇੰਡੀਆ ਦਾ ਪੰਜਾਬ ਇੱਥੇ ਵੀ ਇਹੀ ਚੀਜ਼ਾਂ ਜਲੰਦੀਆਂ ਹੋਈਆਂ ਹਾਂ ਮੁਸਲਮਾਨ ਨਾਲ ਗੱਲ ਸਿੱਧੀ ਸਾਫ਼ ਕਰਾਂਗਾ ਨੇ ਦੇਖੋ مالک ਹੈ ਉਹ ਬੰਦੇ ਆਪਣੇ ਭੇਜਦਾ ਦੁਨੀਆ ਦੇ ਉਤੇ ਲੱਖਾ ਸਦਾਣਾਵੇਂ ਲੱਖਾ ਸਦਾਣਾ ਆਪਣੇ ਵਾਸਤੇ ਨਹੀਂ ਕਰਨਦੇ ਆ ਸਾਡੇ ਘਰ ਬਚਾਉਂਦੇ ਆ ਮਾਂ ਨੂੰ ਬਚਾਉਣ ਦੀ ਲੋੜ ਨਹੀਂ ਹੈ ਉਹ ਸਾਨੂੰ ਬਚਾਉਂਦੇ ਆ ਉਲਟਾ ਸਾਡੇ ਘਰਾਂ ਨੂੰ ਬਚਾਉਂਦੇ ਆ ਸਾਡੇ ਘਰਾਂ ਦੇ ਸਿਸਟਮ ਨੂੰ ਬਚਾਉਂਦੇ ਆ ਹਾਂਜੀ ਆਪਾਂ ਉਹਨੂੰ ਠੀਕ ਹੈ ਇੱਕ ਬੰਦਾ ਹੁੰਦਾ ਖਮੋਸ਼ ਜਿਆ ਤਾਂ ਠੀਕ ਕਹਿੰਦੇ ਆਵੇਂ ਖਮੋਸ਼ ਰਹਿਣ ਦੀ ਬਜਾਵੇ ਉਲਟਾ ਬੰਦਾ ਕਹਵੇ ਜਾਹਲ ਤੂੰ ਤੇ ਜਾਹਲ ਹੈ ਸਾਡੇ ਬੱਚਿਆਂ ਨੂੰ ਅੱਗੇ ਨਹੀਂ ਜਾਣ ਦਿੰਦਾ ਸਾਡੇ ਬੱਚਿਆਂ ਨੂੰ ਅੱਗੇ ਨਹੀਂ ਗੱਲ ਬੰਦ ਦਿੰਦਾ ਤੂੰ ਤੇ ਜਾਹਲ ਹੈ ਫਿਰ ਉਸ ਮਾਲਕ ਦਾ ਕਾਨੂੰਨ ਹੈ ਉਹਦਾ ਇੱਕ ਸਿਸਟਮ ਹੈ ਕਿ ਜਿਹੜੇ ਲੋਕ ਆਪਣੀ ਮਾਂ ਦੀ ਸੇਵਾ ਨਹੀਂ ਨਾ ਕਰਦੇ ਜਿਹੜੇ ਆਪਣੇ ਮਾਵਾਂ ਦੇ ਨਾਲ ਮਜ਼ਾਕ ਹਡੋਂਦੇ ਜਿਹੜੇ ਆਪਣੀ ਮਾਂ ਦੀ ਬੇਇੱਜ਼ਤੀ ਕਰਦੇ ਹਨ ਅੱਲਾਹ ਉਹਨਾਂ ਦੇ ਘਰਾਂ ਦੇ ਵਿੱਚ ਕਦੀ ਸਕੂਨ ਪੈਦਾ ਨਹੀਂ ਕਰਦਾ ਬੇਸਕੂਨੀ ਬੇਸਕੂਨੀ ਹੋਏਗੀ ਅੱਜ ਦੇਖੋ ਬੇਸਕੂਨੀ ਹੈ ਜਾਂ ਨਹੀਂ ਹੈ ਜਿਹੇਗੀ ਇਹਦੀ ਅਸਰ وجہ ਦੱਸੋ ਮੈਨੂੰ ਕੀ ਹੈ ਇਹਦੀ ਅਸਰ وجہ 아이 ਬੋਲੀ ਹੈ ਜ਼ਬਾਨ ਹੈ ਜਦੋਂ ਪੰਜਾਬ 'ਚ ਪੰਜਾਬੀ ਨਾ ਰਹੇ ਤੇ ਪੰਜਾਬ ਨੂੰ ਪੰਜਾਬ ਕਿੰਨੇ ਕਹਿਣਾ ਵੈ ਜ਼ਬਾਨ ਖੋਣਗੇ ਜ਼ਬਾਨ ਤੋਂ ਘਰ ਖੋਣਗੇ ਘਰਾਂ ਤੋਂ ਜ਼ਮੀਨਾਂ ਖੋਣਗੇ ਉਹ ਮਾਪ ਉਹਨਾਂ ਬਾਬਿਆਂ ਨੇ ਜਿਨ੍ਹਾਂ ਨੇ ਪੂਰਾ ਸਾਲ ਲਾ ਕੇ ਤਿੰਨ ਕਾਨੂੰਨ ਆਪਣੀਆਂ ਜ਼ਮੀਨਾਂ ਬਚਾਈਆਂ ਅੱਗੋ ਸਾਡੀਆਂ ਨਸਲਾਂ ਜਿਨ੍ਹਾਂ ਨੂੰ ਅਸੀਂ ਮਾਂ ਦੇ ਬਾਰੇ ਪੁੱਠਾ ਜਿਹੜਾ ਹੁੰਦਾ ਨਾ ਕਰਨ ਨੇ ਉਹ ਹੀ ਬੱਚਿਆਂ ਨੇ ਇਸ ਮੁਸਲਮਾਨ ਦੀ ਗੱਲ ਨੂੰ ਯਾਦ ਰੱਖੋ ਉਹ ਹੀ ਬੱਚਿਆਂ ਨੇ ਸਾਡੀਆਂ ਜ਼ਮੀਨਾਂ ਨੂੰ ਆਪਣੇ ਹੱਥੀਂ ਦੇਣਾ ਲੋਫੜੋ ਭਾਈ ਸਾਹਿਬ ਸਾਡੇ ਪਿਓ ਤੇ ਪਾਗਲ ਸੀ ਉਹ ਤੇ ਅਨਪੜ੍ਹ ਸੀ ਉਹ ਤੇ ਜਾਹਲ ਸੀਗਾ ਚੌਂਕਾਂ 'ਚ ਬੈ ਕੇ ਉਹ ਜਿਹੜਾ ਹੁੰਦਾ ਨਾ ਕਰਨਗੇ ਉਹ ਮਾਂ ਪਿਓ ਨੂੰ ਜ਼ਲੀਲ ਕਰਨਗੇ ਇਮੋਸ਼ਨਲ ਹੋਏ ਨਾ ਯਾਰ ਖੈਰ ਮੈਂ ਕੀ ਕਰਾਂ ਉਹਨੂੰ ਕਿਉਂਕਿ ਟੋਪੇ ਕੀ ਇਦਾਂ ਦਾ ਹੁਣ ਮਸਲਾ ਹੀ ਇਦਾਂ ਦਾ ਵੈ ਨਾ ਨਾ ਜ਼ਬਾਨ ਨਾ ਮਾਂ ਰਵੇਗੀ ਆਪਣੀ ਨਾ ਆਪਣਾ ਘਰ ਰਹੇਗਾ ਨਾ ਆਪਣੀ ਜ਼ਮੀਨ ਰਹੇਗੀ ਜ਼ਮੀਨ ਵੀ ਕਿਸੇ ਹੋਰ ਹੋਣੀ ਸਾਡੇ ਕੋਲ ਹੈ ਲੇਕਿਨ ਕਿਰਾਇਆ ਅਸੀਂ ਦੇਵਾਂਗੇ ਹੈ ਮਾਂ ਸਾਡੀ ਸੀ ਮਾਂ ਨੂੰ ਮਾਰ ਕੇ ਦੂਜੀ ਮਾਂ ਲਿਆਂਦੀ ਹਾਂ ਦੂਜੀ ਮਾਣ ਮੰਗਦੀ ਆ ਕਰਾਇਆ ਲਿਆਓ ਮੈਨੂੰ ਖਿਲਾਓ ਹੁਣ ਜਰਾ ਟੈਕਸ ਅਸੀਂ ਦੇਵਾਂਗੇ ਉਹਦੇ ਉਹ ਟੈਕਸ ਦੀ ਲਾਲਚ ਵਿੱਚ ਆ ਗਏ ਇਹ ਜ਼ਮੀਨ ਜ਼ਰਖੇਜ਼ ਵੀ ਨਹੀਂ ਰਵੇਗੀ ਐਸ ਮੁਸਲਮਾਨ ਦੀ ਗੱਲ ਨੂੰ ਯਾਦ ਰੱਖੋ ਕਿਉਂਕਿ ਇਹਦੀ ਜ਼ਮੀਨ ਐਸੇ ਪੰਜਾਬ ਦੀ ਇੱਕ ਇੱਕ ਚੀਜ਼ ਦੱਸੰਦੀ ਹੈ ਕਿ ਮੇਰਨਾ ਹੋਣ ਕੀ ਦਿਆ ਵੈ ਬਾਬਾ ਜਨੈਤ ਸਿੰਘ ਖਾਲਸਾ ਪਿੰਡਰਾਂ ਵਾਲਾ ਆਇਆ ਦੁਨੀਆ ਨੂੰ ਦੱਸੇ ਆਇਆ ਜਸਮਾਨੀ ਤੌਰ ਤੇ ਉਤੇ ਉਲਟਾ ਉਹਨੂੰ ਅਨੁਤੰਗਵਾਦੀ ਕਿਹਾ ਉਲਟਾ ਉਹਨੂੰ دہشت ਗਰਦ ਕਿਹਾ ਹੈ ਜੇ ਕਿਉਂਕਿ ਜਸਮਾਨੀ ਤੌਰ ਤੇ ਆਇਆ ਸੀ ਨਾ ਜਿਹੜਾ ਜਿਹੜਾ ਆਪਣੇ ਜਿਸਮ ਦੀ ਹਿਫਾਜ਼ਤ ਜਿਹੜਾ ਉਹਨੂੰ ਉਲਟਾ ਬੁਰਾ ਪਲਾਹ ਕਹਿੰਦਾ ਕਿ ਮੈਂ ਠੀਕ ਨਹੀਂ ਉਹ ਬਹੁਤਾ ਵਧੀਆ ਉਹਦਾ ਕੋਡ ਪਾਵਾਂਗਾ ਉਹ ਬਹੁਤਾ ਵਧੀਆ ਲੱਗੇਗਾ ਮੇਰੀ ਪੱਗ ਵਧੀਆ ਨਹੀਂ ਫਿਰ ਉਸ ਮਾਲਕ ਦਾ ਹੁਕਮ ਹੈ ਮਾਰ ਖਾਓ ਫਿਰ ਕਿਉਂਕਿ ਉਹ ਮਾਲਕ ਹੈ ਉਹ ਬੇਇਨਸਾਫੀ ਨਹੀਂ ਕਰਦਾ ਹਾਂਜੀ ਇਹ ਤੇ ਸਾਨੂੰ ਹੀ ਲੱਗਦਾ ਕਿ ਪਤਾ ਨਹੀਂ ਸਾਡੇ ਨਾਲ ਬੇਇਨਸਾਫੀ ਨਹੀਂ ਉਹ ਬੇਇਨਸਾਫੀ ਨਹੀਂ ਕਰਦਾ ਉਹ ਜੋ ਕਰਦਾ ਉਸੇ ਟਾਈਮ ਬੰਦਾ ਭੇਜਿਆ ਉਲਟਾ ਉਹਨੂੰ ਅਤੰਗਵਾਦੀ ਕਿਹਾ ਦੱਸੋ ਉਸ ਮਾਲਕ ਦਾ ਕੀ ਫੈਸਲਾ 84 ਦੇ ਵਿੱਚ ਗਲੀ ਗਲੀ ਮਹੱਲਿਆਂ ਮਹੱਲਿਆਂ ਦੇ ਵਿੱਚ ਕੀ ਕੀ ਹੋਇਆ ਦੱਸੋ ਮੈਨੂੰ ਜ਼ਰਾ ਟੈਰ Papa ਸਾਡੇ ਮੈਂ ਸੋਚਣ ਨੇ ਤੇ ਮੈਂ ਇਮੋਸ਼ਨਲ ਹੋ ਗਿਆ ਕਿਉਂਕਿ ਉਸ ਦਰਦ ਨੂੰ ਉਸ ਤਕਲੀਫ ਨੂੰ ਮੈਂ ਮਹਿਸੂਸ ਕਰਨ ਦੇ ਆਵਾ ਬੋਲੀ ਨੂੰ ਬਚਾਉਣ ਵਾਸਤੇ ਆਏ ਆਪਾਂ ਉਹਨਾਂ ਨੂੰ ਉਲਟਾ ਜਾਹਲ ਕਹਾਵਾਂਗੇ ਗੱਲ ਨੂੰ ਯਾਦ ਰੱਖਿਓ ਕਾਨੂੰਨ ਆ ਜਾਣਗੇ ਫਿਰ ਬਰਾਬਰੀ ਦੇ ਨਾਂ ਦੇ ਉੱਤੇ ਹੈ ਮਾਂ ਵੀ ਬਰਾਬਰ ਹੈ ਪਿਓ ਵੀ ਬਰਾਬਰ ਹੈ ਧੀ ਵੀ ਬਰਾਬਰ ਹੈ ਤੇ ਬੱਚਾ ਵੀ ਬਰਾਬਰ ਹੈ ਫਿਰ ਬਰਾਬਰੀ ਦੇ ਨਾਂ ਦੇ ਉੱਤੇ ਨਾ ਪਿਓ ਆਪਣੇ ਧੀ ਨੂੰ ਕੁਝ ਨਹੀਂ ਕਹਿ ਸਕਦਾ ਪਿਓ ਆਪਣੀ ਧੀ ਨੂੰ ਇਹ ਨਹੀਂ ਕਹੇਗਾ ਕਿ ਤੂੰ ਬਾਹਰ ਨਹੀਂ ਜਾਣਾ ਕਿਉਂਕਿ ਪਿਓ ਦਾ ਮਕਾਮ ਹੀ ਬਰਾਬਰ ਕਰਤਾ ਪੜ ਕੇ ਜਦੋਂ ਬਰਾਬਰ ਹੋ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਹੋਏਗਾ ਉੱਥੇ ਦੂਜੀ ਕਿਤਾਬਾਂ ਪਈਆਂ ਹੋਣਗੀਆਂ ਕਿਉਂਕਿ ਬਰਾਬਰ ਹੈ ਹਾਂਜੀ ਬਰਾਬਰੀ ਦੇ ਨਾਂ ਦੇ ਉੱਤੇ ਪੇਸ਼ੰਗੋਈਆਂ ਸੱਚੀਆਂ ਤੇ ਸਿੱਧੀਆਂ ਸਾਫ਼ ਗੱਲਾਂ ਜਿਹੜੀਆਂ ਹੁੰਦੀਆਂ ਨਾ ਉਹ ਇਹ ਭਵਿਕ ਬਾਣੀਆਂ ਕਰਨਦੇ ਆ ਮੁਸਲਮਾਨ ਇੱਚ ਇਸਾ ਹੋਣੀਆਂ ਮੈਂ ਫਿਰ ਗੈਰਤਮੰਦ ਲੋਕ ਜਿਹੜੇ ਆਪਣੇ ਗੁਰੂਆਂ ਦੀ ਬੇਦਬੀ ਕਰਨਾ ਵੀ ਬਰਦਾਸ਼ਤ ਨਹੀਂ ਕਰਦੇ ਗੈਰਤਮੰਦ ਲੋਕ ਇਸ ਮੁਸਲਮਾਨ ਦੀ ਇਹ ਵੀ ਇਹ ਭਵਿਕ ਬਾਨੇ ਨੂੰ ਯਾਦ ਕਰੋ ਇਹ ਚੰਦ ਲੋਕ ਜਿਹੜੇ ਹੁਣ ਜ਼ਬਾਨ ਨੂੰ ਬਚਾਉਣ ਵਾਸਤੇ ਜਿਸਮ ਨੂੰ ਬਚਾਉਣ ਵਾਸਤੇ ਆਏ ਆ ਸੋ ਆਏ ਆ ਅੱਗੇ ਇਸ ਤਰ੍ਹਾਂ ਦੇ ਲੋਕ ਨਹੀਂ ਹੋਣਗੇ ਕਿਉਂਕਿ ਉਸ ਮਾਲਕ ਦਾ ਸਿਸਟਮ ਹੈ ਮੈਂ ਇਸ ਤਰਤੀ ਦੇ ਉੱਤੇ ਜਿਸ ਕੌਮ ਦੇ ਵਿੱਚ ਮੈਂ ਬੰਦੇ ਨੂੰ ਭੇਜਣਾ ਵੈ ਇਹ ਉਲਟਾ ਉਹਦੇ ਨਾਲ ਖਲੋਣ ਦੀ ਬਜਾਏ ਉਲਟਾ ਉਹਦੇ ਨਾਲ ਤੁਸੀਂ ਬੀ ਉਹਦਾ ਤੁਸੀਂ ਜਿਹੜਾ ਹੁੰਦਾ ਨਾ ਮਜ਼ਾਕ ਉਡਾਉਂਦੇ ਜੇ ਉਲਟਾ ਉਹਨੂੰ ਜਾਹਲ ਕਹਿੰਦੇ ਜੇ ਉਲਟਾ ਉਹਨੂੰ ਆਤੰਗਵਾਦੀ ਕਹਿੰਦੇ ਜੇ ਫਿਰ ਉਹ ਮਾਲਕ ਇਸ ਧਰਤੀ ਦੇ ਉੱਤੇ ਬੰਦਾ ਨਹੀਂ ਯੋਧਾ ਨਹੀਂ ਹੁੰਦਾ ਹਾਂਜੀ ਫਿਰ ਇਸ ਧਰਤੀ ਦੇ ਉੱਤੇ ਸੰਤ ਨਹੀਂ ਹੁੰਦਾ ਹਾਂਜੀ ਕਿਉਂਕਿ ਆਪਾਂ ਉਹਦੀ ਕਦਰ ਨਹੀਂ ਕੀਤੀ ਆਪਾਂ ਉਹਨੂੰ ਸਮਝਿਆ ਨਹੀਂਗਾ ਆਪਾਂ ਉਹਨੂੰ ਜਾਹਲ ਕਿਹਾ ਉਲਟਾ ਉਹਨੂੰ ਥੱਲੇ ਥੱਲੇ ਉਹਨੂੰ ਥੱਲੇ ਸੁੱਟਿਆ ਮਾਣ ਨਹੀਂ ਸਮਝਿਆ ਮਾਣੋਂ ਬਲਕਿ ਥਨੇ ਸੁਟਿਆ ਸੀ ਤੇ ਉਸ ਮਾਲਕ ਦਾ ਹੁਕਮ ਹੈ ਇੱਥੇ ਨਹੀਂ ਆਏਗਾ ਫਿਰ ਤੁਸੀਂ ਮਾਰਖਾਓ ਤੁਹਾਡੇ ਤੁਸੀਂ ਆਪਣੇ ਬੱਚਿਆਂ ਦੇ ਹੱਥੋਂ ਹੋਣ ਤੇ ਇਕਰਾ ਦੇ ਵਿੱਚ ਜ਼ਲੀਲ ਹੋ ਜਾਂਦੇ ਨਾ ਥੋੜੇ ਬਹੁਤੇ ਮਾ ਪਿਓ ਤੇ ਬਾਹਰ ਨਹੀਂ ਦੱਸਦੇ ਚੌਂਕਾਂ ਦੇ ਵਿੱਚ ਜ਼ਰੀਲ ਹੋਵੋਗੇ ਮੁਸਲਮਾਨ ਦੀ ਗੱਲ ਨੂੰ ਯਾਦ ਰੱਖੋ ਹਾਂਜੀ ਚੌਂਕਾਂ ਦੇ ਵਿੱਚ ਹਰ ਪਾਸੇ ਜ਼ਲੀਲ ਹੋਵੋਗੇ ਪਿਓ ਕੁੜੀ ਪਿਓ ਤੇ ਪਰਚਾ ਕਰਾਏਗੀ ਤੂੰ ਕੋਣ ਹੋ ਨਾ ਮੈਨੂੰ ਬਾਹਰ ਤੋਂ ਬਾਹਰ ਜਾਣ ਤੋਂ ਰੋਕਣ ਵਾਲਾ ਤੂੰ ਕੋਣ ਐ ਮੈਨੂੰ ਬਾਹਰੋਂ ਜਾਣ ਤੇ ਰੋਕਣ ਵਾਲਾ ਆ ਕਿ ਮੇਰੀ 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 ਆਪਣੀ ਪ੍ਰਾਪਰਟੀ ਐ ਮੈਂ ਜਿੱਦਾਂ ਮਰਜ਼ੀ ਵਰਤਾਂ ਤੇ ਜਿੱਦਾਂ ਮਰਜ਼ੀ ਕਰਾਂ ਇੱਜ਼ਤ-ਉਜ਼ਤ ਕੋਈ ਨਹੀਂ ਸਭ ਬਰਾਬਰ ਹਾਂ ਗੰਦ ਵੀ ਬਰਾਬਰ ਤੇ ਮਤਲਬ ਹਰ ਛਾਈ ਬਰਾਬਰ ਸੋ ਮਾਰ ਖਾਓਗੇ ਬੜੀ ਜ਼ਿਆਦਾ ਗੱਲ ਸਿੱਧੀ ਸਾਫ਼ ਐ ਨਾ ਸਾਡੇ ਨਬੀ ਨੇ ਕਿਹਾ ਵਾ ਨਾ ਅਰਬੀ ਨੂੰ ਅਜਮੀ ਦੇ ਉੱਤੇ ਉਹ ਐਡਾ ਮਾਣ ਜਾਂ ਪਿਕਾਲੇ ਨੂੰ ਗੋਰੇ ਦੇ ਉੱਤੇ ਜਾਂ ਗੋਰੇ ਨੂੰ ਕਾਲੇ ਦੇ ਉੱਤੇ ਨਹੀਂ ਸਭ ਉਸ ਮਾਲਕ ਦੀ ਸਾਰੀ مخلوਕ ਹੈ ਸਭ ਬਰਾਬਰ ਹੈ مخلوਕ ਸਭ ਬਰਾਬਰ ਹੈ ਹਾਂਜੀ ਜਿੱਥੇ ਬਰਾਬਰੀ ਕਰਨੀ ਉੱਥੇ ਬਰਾਬਰੀ ਨਹੀਂ ਕਰਦੇ ਵਗਰਨਾ ਸਨੇਹ ਲੈ ਆ ਕੇ ਆਏਂਦੇ ਬਰਾਬਰੀ ਕਰੋ ਜੀ ਹਰ ਪਾਸੇ ਹੈ ਮਾਵਾ ਸੰਜੀਆਂ ਆਈਆਂ ਮਾਵਾ ਸਭ ਬਰਾਬਰ ਹੈ ਇੰਗਲਿਸ਼ ਵੀ ਮਾਵਾ ਹੈ ਹਿੰਦੀ ਵੀ ਮਾਵਾ ਹੈ ਪੰਜਾਬੀ ਵੀ ਮਾਵਾ ਇਹ ਬਰਾਬਰ ਹੈ ਅਗੋਂ ਦਰਜਾ ਸਾਡਾ ਇਹ ਹੈ ਕਿ ਤਾਈ ਵੀ ਮਾਵਾ ਹੈ ਖਾਲਾ ਵੀ ਮਾਵਾ ਹੈ ਸਾਡੀ ਮਾਂ ਵੀ ਮਾਵਾ ਹੈ ਅਗੋਂ ਸਾਡੇ ਵਾਸਤੇ ਦਰਜਾ ਇਹ ਹੈ ਕਿ ਸਭ ਤੋਂ ਜ਼ਿਆਦਾ ਸਭ ਤੋਂ ਉੱਤੇ ਦਰਜਾ ਤੁਹਾਡੀ ਆਪਣੀ ਮਾਂ ਦਾ ਵੈ ਫੇਰ ਅਗੋਂ ਸਾਡੀ ਤਾਈ ਦਾ ਵੈ ਫੇਰ ਅਗੋਂ ਖਾਲਾ ਦਾ ਵੈ ਹਾਂਜੀ ਮਾਵਾ ਤਾਂ ਸਾਰੇ ਆਈਆਂ ਹੈ ਤੋ ਇਸ ਬਿੱਰਤੀ ਦੇ ਉੱਤੇ ਫਿਰ ਕੋਈ ਨਹੀਂ ਆਏਗਾ ਐਦਾਂ ਦਾ ਨਹੀਂ ਆਏਗਾ ਫਿਰ ਇਥੋਂ ਨਹੀਂ ਆਏਗਾ ਫਿਰ ਇਹੋ ਹੀ ਲੋਕ ਗੈਰਤ ਆਪਣੀ ਇੱਜ਼ਤ ਬਚਾਉਣ ਵਾਸਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦਿਆਂ ਨਹੀਂ ਦੇਖਣਗੇ ਗੈਰਤ ਵਾਲੇ ਆ ਇੱਜ਼ਤ ਵਾਲੇ ਆ ਇੱਜ਼ਤਦਾਰ ਬੰਦਾ ਸਭ ਕੁਝ ਕਰ ਸਕਦਾ ਵਾ ਲੇਕਿਨ ਆਪਣੀ ਉਹ ਉਹ ਇੱਜ਼ਤ ਨਹੀਂ ਗਵਾ ਦਿੰਦਾ ਪੈਸਾ ਨਹੀਂ ਪੈਸਾ ਨਹੀਂ ਇੱਜ਼ਤ ਵੇਖਦਾ ਆਪਣੀ ਇੱਜ਼ਤ ਵਾਲੇ ਲੋਕ ਫਿਰ ਇਥੋਂ ਉੱਠਣਗੇ ਜਾਣ ਗਏ ਜੰਗਲਾਂ ਚ ਦੱਸੋ ਮੈਨੂੰ ਜੰਗਲ ਕਿੱਥੇ ਆ ਹਣ ਹੈ ਇੱਕ ਇੱਕ ਚੀਜ਼ ਮੈਂ ਦੱਸਣਿਆ ਹਰ ਇੱਕ ਹਰ ਇੱਕ ਇੱਕ ਵੀਡੀਓ ਦੇ ਵਿੱਚ ਇਹ ਹੋਣਾ ਕੀ ਦਿਆਵ ਹੈ ਹੋਣਾ ਕੀ ਹੈ ਕਿੱਧਰੋਂ ਜਾਣਦੇ ਆ ਜ਼ਮੀਨ ਦੱਸਣ ਦੀ ਹੈ ਜ਼ਬਾਨ ਦੱਸਣ ਦੀ ਹੈ ਇੱਕ ਇੱਕ ਚੀਜ਼ ਜਿਹੜਾ ਉਹ 84 ਦੱਸਣ ਦਿਆਵ ਹੈ ਇੱਕ ਇੱਕ ਚੀਜ਼ ਦੱਸਣ ਦੀ ਫਲਸਤੀਨ ਦੱਸਣ ਦਿਆਵ ਹੈ ਜੀ ਉਹ ਫਲਸਤੀਨ ਨਹੀਂ ਹੋ ਤੁਸੀਂ ਤੇ ਬਹਾਦਰ ਹੋ ਯਾਰ ਹੈ ਜੰਗ ਜਿੱਤ ਜਾਣਾ ਹਾਰ ਜਾਣਾ ਇਹ ਕਿਹੜੀ ਕਾਮਯਾਬੀ ਹੈ ਕਾਮਯਾਬੀ ਹੱਕ ਤੇ ਕਰੋਣਾ ਇਹ ਹੀ ਦੀ ਕਾਮਯਾਬੀ ਅਸਲ ਦੇ ਵਿੱਚ ਹਾ ਹਾ ਉਹਨਾਂ ਨੂੰ ਪਤਾ ਹੈ ਜ਼ਮੀਨ ਹੈ ਯਹੂਦੀ ਬੰਨਾ ਯਹੂਦੀ ਬਣ ਜਾਣੇ ਅਸੀਂ ਇਸਰਾਇਲ ਹੈ ਅਸੀਂ ਇਸਰਾਇਲ ਦੇ ਅਸੀਂ ਖੁਦ ਤਸਲੀਮ ਹੁੰਨੇ ਫਲਸਤੀਨੀ ਕਹਿ ਸਕਦੇ ਹੈ ਟੈਕਨੋਲੋਜੀ ਆਏਗੀ ਪੈਸਾ ਆਏਗਾ ਮਾਲ ਆਏਗਾ ਦੁਰਦੌਤ ਆਏਗਾ ਦੁਨੀਆ ਦਾ ਸਭ ਤੋਂ ਵੱਡਾ ਬਾਬਾ ਇਸਰਾਇਲ ਉੱਥੇ ਬੈਠਾ ਪੈਸੇ ਵੰਡਦਾ ਸਕੂਨ ਦਿੰਦਾ ਮੇ ਟੈਕਨੋਲੋਜੀ ਦਿੰਦਾ ਬਾਹਰ ਕੱਲਦਾ ਹੈ ਉਹ ਬਾਬਾ ਸਭ ਤੋਂ ਦੁਨੀਆ ਸਾ ਤੋਂ ਵੱਡਾ ਬਾਬਾ ਉੱਥੇ ਬੈਠਾ ਲੇਕਿਨ ਉਹ ਨਹੀਂ ਲੈਣਦੇ ਆਏ ਹਾਏ ਹਾ ਜਿਓ ਫਲਸਤੀਨੀ ਹੋ ਤਾਨੂੰ ਮੁਸਲਮਾ ਇਹਨੂੰ ਕਹਿੰਦੇ ਆ ਬਹਾਦਰੀ ਕਾਮਯਾਬ ਹੈ ਮਰਨ ਜਾਂ ਰਹਿਣ ਇੱਜ਼ਤ ਦੀ ਮੌਤ ਮਰਨਦੇ ਆ ਬੱਚੇ ਆਪਾਂ ਦੇਖਣ ਨੇ ਯਾ ਛੋਟੇ ਛੋਟੇ ਇੱਕ ਪਿਓ ਨੇ ਬੱਚਾ ਤਾਂ ਚੁੱਕਿਆ ਹੱਸਦਾ ਹੀ ਜਾਂਦਿਆ ਆਏ ਹਾਏ ਹਾਏ ਹਾ ਇਹਨੂੰ ਕਹਿੰਦੇ ਆ ਇੱਜ਼ਤ ਦੀ ਮੌਤ ਤੇ ਬੇਇੱਜ਼ਤੀ ਦੀ ਬਗਾਇਰ ਤੇ ਦੀ ਮੌਤ ਮਰਨਾ ਤੇ ਮਰੋ ਮਸਲਾ ਹੀ ਕੋਈ ਨਹੀਂ ਇੱਥੋਂ ਫਿਰ ਲੋਕ ਜਾਣਗੇ ਜੰਗਲਾਂ 'ਚ ਜੰਗਲ ਦੱਸ ਮੈਨੂੰ ਕਿੱਥੇ ਆ ਅਫਗਾਨਿਸਤਾਨ ਦਾ علاقਾ ਕਿਉਂਕਿ ਉਸ ਮਾਲਕ ਨੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਪੂਰੀ ਦੁਨੀਆ ਸੁਪਰ ਪਾਵਰ ਉੱਥੇ ਆਈ ਉੱਥੇ ਕੁਝ ਨਹੀਂ ਕਰ ਸਕੀ ਜਿਨ੍ਹਾਂ ਨੂੰ ਆਪਾਂ ਅਤੰਗਵਾਦੀ ਕਹਿੰਦੇ ਆ ਉੱਥੋਂ ਫਿਰ ਗੈਰਤਮੰਦ ਲੋਕ ਉੱਠਣਗੇ ਹੈ ਜਦੋਂ ਪੂਰੀ ਦੁਨੀਆ ਦੇ ਵਿੱਚ ਫਿਤਨਾ ਹੀ ਫਿਤਨਾ ਹੋਏਗਾ ਫਸਾਦ ਹੀ ਫਸਾਦ ਹੋਏਗਾ ਮਾਂ ਪਿਓ ਜ਼ਲੀਲ ਗੁਰੂ ਹਰ ਪਾਸੇ ਹੀ ਬੇਦਬੀਆਂ ਹੀ ਬੇਦਬੀਆਂ ਕੋਈ ਵੱਡੇ ਛੋਟੇ ਦਾ ਲਿਹਾਜ਼ ਨਹੀਂ ਹਾਏ 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 ਉੱਥੋਂ ਫਿਰ ਉੱਠੇਗਾ ਅਫਗਾਨਿਸਤਾਨ ਦਾੜਾ ਇਰੀਆ ਜੰਗਲ ਏਰੀਆ ਜਿੰਨੂੰ ਉਸ ਮਾ ਲਗਣਾ ਦੱਸ ਦਿੱਤਾ ਵੈ ਉਸ ਤੋਂ ਇਲਾਵਾ ਹੋਰ ਕੋਈ ਜੰਗਲ ਨਹੀਂ ਹੈਗਾ ਤੇ ਮੈਨੂੰ ਲਿਆ ਕੇ ਦਿਖਾਓ ਉੱਥੋਂ ਫਿਰ ਉੱਠਣਗੇ ਲੋਕ ਹਾਏ 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 ਜ਼ੁਬਾਨ ਐਸੀ ਜਿੱਦੜ ਬੋਲਣਗੇ ਅਸਰ ਕਰੇਗੀ ਹੈ ਜਿੱਧਰ ਜਾਣਗੇ ਅੰਮਣ ਹੀ ਅੰਮਣ ਸਕੂਨ ਹੀ ਸਕੂਨ ਖਾਲਸਾ ਰਾਜ ਆ ਜਾਏਗਾ ਇਹਨੂੰ ਕਹਿੰਦੇ ਆ ਖਾਲਸਾ ਰਾਜ ਉੱਥੋਂ ਆ ਜਾਏਗਾ ਕਿਉਂਕਿ ਇਸ ਧਰਤੀ ਦੇ ਉੱਤੇ ਹੁਣ ਫੇਰ ਦੁਬਾਰਾ ਇਦਾਂ ਦੇ ਬੰਦੇ ਨਹੀਂ ਹੋਣੇ ਆਖਰੀ ਬੰਦੇ ਐ ਸਮਲਣਾ ਸਮਝਦਾਓ ਖਮੋਸ਼ੀ ਰਹੋ ਉਹ ਬਿਹਤਰ ਹੈ ਉਲਟਾ ਇਹਨਾਂ ਨੂੰ ਕਹੋਗੇ ਨਾ ਆਪਣਾ ਜਾਹਲ ਕਹੋਗੇ ਬੜੀ ਮਾਰ ਖਾਓਗੇ ਐਸੀ ਮਾਰ ਖਾਣੀ ਐ ਕਿ ਰੇਂਦੀ ਦੁਨੀਆ ਤੱਕ ਯਾਦ ਕਰੋਗੇ ਮੁਸਲਮਾਨ ਦੀ ਭੁਵਿਕ ਬਾਣੀ ਐ ਬਸ ਬਾਕੀ ਮਾਵਾਂ ਸਾਰੀਆਂ ਹੀ ਨੇ ਸਭ ਦਾ ਇhtਰਾਮ ਕਰੋ ਸਭ ਦਾ ਅਦਬ ਕਰੋ ਲੇਕਿਨ ਆਪਣੀ ਮਾਵਰਗੀ ਮਾਂ ਕੋਈ ਨਹੀਂ ਗੱਲ ਸਿੱਧੀ ਸਾਫ਼ ਬਸ ਬਾਕੀ ਜੋ ਮੈਂ ਆਪਣੀ ਮੁਸਲਮਾਨੀयत ਦੇ ਨਦਰ ਵਿੱਚ ਜੋ ਮੈਂ ਸਮਝਦਾ ਸੀ ਉਹ ਤੁਹਾਨੂੰ ਦੱਸਦਾ ਬਾਕੀ ਤੁਹਾਡਾ ਕੀ ਖਿਆਲ ਹੈ ਤੁਹਾਡੀ ਕੀ رائے ਹੈ ਅਸਲਾਮੁਅਲਾਈਕੁਮ ਵਸੁਲਮਾ ਦੱਸੋ